वाहिगुरु जी का खालसा, वाहिगुरु जी की फतेह। कल दास अपनी सिंघणी नाल सचखंड श्री दरबार साहब यात्रा करन गया सी, जिस करके आप दे रूबरू नहीं हो सकिया। तो मैं आप जी को दोवें जोड़ के क्षमा मंगदा हां। हुण भावें रात काफी हो गई है, पर मैं अपने फर्ज नूं पछाणदा होया तुहाडे सामने पंजाबी ट्रिब्यून दीआं कुछ चोणियां खबरां दी समीक्षा करन जा रहा हां। पहली खबर है सरकार दी तानाशाही, जमहूरीयत दा कतल करार। विरोधी धरां वल्लों संसद तों विजय चौंक तक रोस मार्च, संसद बने जमहूर लई सरकार नूं निवार दस्सिया। सरकार ते संसदी जवाबदेही तों भजन दा दोष लाया। आगुआं ने वेंकैया नायडू नाल कीती मुलाकात। ਇਹ ਵੀ ਦੱਸਿਆ ਗਿਆ ਕਿ ਰਾਜ ਸਭਾ ਚ ਕੁਝ ਮਾਰਸ਼ਲ ਬਾਹਰੋਂ ਪ੍ਰੋਫੈਸ਼ਨਲ ਮੰਗਾਏ ਗਏ। ਮੈਂ ਜਿਹੜਾ ਸੱਚ ਬੋਲੇ, ਅਪੋਜੀਸ਼ਨ ਚਾਹੇ ਮੇਲ ਮੈਂਬਰ ਹੋਣ ਚਾਹੇ ਫੀਮੇਲ ਮੈਂਬਰ ਹੋਣ, ਉਹਨਾਂ ਨਾਲ ਧੱਕਾ ਮੁੱਕੀ ਕੀਤੀ ਜਾਏ। ਲਓ ਜੀ, ਹੁਣ ਮੋਦੀ ਦਾ ਖਾੜਕੂ ਬਾਅਦ ਦੇਖ ਲਓ, ਇਹ ਪਹੁੰਚ ਗਿਆ ਰਾਜ ਸਭਾ ਚ। ਕੁਝ ਖਾੜਕੂ ਬਾਅਦ ਜਿਹੜਾ ਦੇਸ਼ ਲਈ ਚੰਗਾ ਨਹੀਂ ਹੁੰਦਾ, ਇਹ ਖਾੜਕੂਆਂ ਨੂੰ ਸਜ਼ਾਏ ਮੌਤ ਵੀ ਮਿਲਦੀ ਹੈ, ਪਿਸ਼ਾਬ ਸ਼ਕਤ ਉਮਰ ਕੈਦ ਵੀ ਮਿਲਦੀ ਹੈ। ਹੁਣ ਜੋ ਇਹ ਕਰਤਾ ਮੋਦੀ ਨੇ ਮਾਰਸ਼ਲ ਦਾ ਕੰਮ, ਤਾਂ ਮੋਦੀ ਨੂੰ ਜੇਲ੍ਹ ਹੋਣੀ ਚਾਹੀਦੀ ਹੈ। ਅਸੀਂ ਮੈਂ ਤਾਂ ਕਹਿੰਦਾ ਫਾਂਸੀ ਹੋ ਜਾਣੀ ਚਾਹੀਦੀ ਹੈ। ਇਹ ਜਿਹੜੀਆਂ ਵਿਰੋਧੀ ਪਾਰਟੀਆਂ ਨੇ, ਇਹ ਹੁਣ ਜੋ ਆਵਾਜ਼ ਉਠਾ ਰਹੀਆਂ ਨੇ, ਇਹ ਹੈ ਇਲੈਕਸ਼ਨ ਸਟੰਟ। ਜੇ ਇਹਨਾਂ ਦੇ ਸਟੰਟ ਚੱਲ ਗਿਆ ਅਤੇ ਮੋਦੀ ਉਤਰ ਗਿਆ, ਅਤੇ ਇਹਨਾਂ ਨੇ ਮੈਂ ਇਲੈਕਸ਼ਨ ਜਿੱਤ ਕੇ ਆਪ ਰਾਜੇ ਬਣਨਾ, ਅਤੇ ਰਾਜੇ ਬਣ ਕੇ ਫਿਰ ਉਹੀ ਗਲਤੀਆਂ ਦੁਹਰਾਉਣੀਆਂ ਨੇ। ਪੂਰੀਆਂ ਨਾ ਦੁਹਰਾਉਣਗੇ, ਥੋੜ੍ਹੀਆਂ ਬਹੁਤੀਆਂ ਦੁਹਰਾਉਣਗੇ। ਮੈਂ ਪੁੱਛਾਂ ਜ਼ਰਾ ਕਾਂਗਰਸ ਨੂੰ, ਰਾਹੁਲ ਗਾਂਧੀ ਨੂੰ, ਤੇਜੀਮਾਨ ਸੋਨੀਆ ਨੂੰ, ਕਿ ਤੁਸੀਂ ਲੋਕਾਂ ਨੇ ਡਾਕਟਰ ਮਨਮੋਹਨ ਸਿੰਘ ਨੂੰ ਸਿਰਫ ਯੂਜ਼ ਕੀਤਾ ਕਿ ਇਹ ਬੰਦਾ ਕੰਟਰੋਵਰਸ਼ੀਅਲ ਹੈ, ਬੜਾ ਕਾਬਲ ਹੈ, ਬੜਾ ਇਕੋਨਮਿਸਟ ਹੈ, ਦੇਸ਼ ਨੂੰ ਬੁਲੰਦੀਆਂ ਤੱਕ ਲੈ ਜਾਏਗਾ। ਇਸ ਲਈ ਦੋ ਵਾਰੀ ਇਹਨਾਂ ਨੂੰ ਪ੍ਰਧਾਨ ਮੰਤਰੀ ਬਣਾਇਆ ਗਿਆ, ਅਤੇ ਹੁਣ ਕਿਉਂਕਿ ਮਾਹੌਲ ਬਦਲ ਗਿਆ ਅਤੇ ਹੁਣ ਸੋਨੀਆ ਨੂੰ ਲਾਲਚ ਪੈ ਗਿਆ ਕਿ ਕਸਮਾਂ ਖਾਏ ਮਨਮੋਹਨ ਸਿੰਘ ਮੇਰਾ ਆਪਣਾ ਮੁੰਡਾ ਪ੍ਰਧਾਨ ਮੰਤਰੀ ਬਣਨਾ ਚਾਹੀਦਾ। ਜੇ ਤੇਰਾ ਮੁੰਡਾ ਕਾਬਲ ਹੁੰਦਾ ਤਾਂ ਪਿਛਲੀ ਵਾਰੀ ਇਸ ਮੁੰਡੇ ਦੀ ਅਗਵਾਈ ਥੱਲੇ ਕਾਂਗਰਸ ਇੰਨੀ ਜ਼ਬਰਦਸਤ ਹਾਰ ਕਿਉਂ ਹੁੰਦੀ। ਹੁਣ ਜਿਹੜੀ ਪਾਰਟੀ ਸੋਨੀਆ ਗਾਂਧੀ ਦੇ ਸਿਰ ਤੇ ਅਤੇ ਆਪਣਾ ਕਿਹੜਾ ਤੁਹਾਡਾ ਪੁੱਤਰ ਰਾਹੁਲ ਗਾਂਧੀ ਦੇ ਸਿਰ ਤੇ ਹਾਰ ਗਈ, ਉਸ ਬੰਦੇ ਨੂੰ ਹੱਕ ਹੀ ਹੈ ਸਿਆਸ ਛਾਣ ਦਾ? ਉਹ ਤਾਂ ਸਿਆਸ ਛੱਡ ਦੇਣੀ ਚਾਹੀਦੀ ਹੈ, ਸ਼ਰਨ ਅਡੋਬ ਮਰਨਾ ਚਾਹੀਦਾ। ਅਤੇ ਇਹਨਾਂ ਦੋਵਾਂ ਨੂੰ ਸ਼ਰਨੀ ਆਈ ਮਾਂ ਪੁੱਤਰਾਂ ਨੂੰ, ਕਿ ਪਹਿਲਾਂ ਸੋਨੀਆ ਲਾਲਚੀ ਸੀ ਖੁਦਗਰਜ਼ੀ, ਅਤੇ ਵੱਡਾ ਸਾਰਾ ਹਾਰ ਵੀ ਪਵਾ ਲਿਆ। ਅਤੇ ਜਦੋਂ ਭਾਜਪਾ ਨੇ ਜੇ ਝੰਡੇ ਚੱਕ ਲਏ ਇਹ ਵਿਦੇਸ਼ੀ ਆ, ਤਾਂ ਡਰ ਗਈ ਹੈ ਸਭ ਬੁੱਧਾ ਲੈਣਾ, ਅਤੇ ਫਿਰ ਲਾਤਾ ਮਨਮੋਹਨ ਸਿੰਘ ਨੂੰ ਹੋ ਗਿਆ। ਅਤੇ ਉਹ ਵੀ ਕਿਹੜਾ ਬੰਦਿਆਂ 'ਚੋਂ ਬੰਦਾ ਹੈ, ਵਰਲਡ ਫੇਮਸ ਇਕੋਨਮਿਸਟ, ਅਤੇ ਬੜਾ ਜਿਆਨਤਦਾਰ, ਇਹ ਉਹਦੇ ਗੁਣ ਨੇ, ਐਵੇਂ ਗਲਤ ਗੱਲਾਂ ਕਹੀ ਹੈ। ਅਤੇ ਉਹਨੇ ਇੰਡੀਆ ਨੂੰ ਤਰੱਕੀ ਤੱਕ ਪਹੁੰਚਾਇਆ, ਪਰ ਨਾਲ ਨਾਲ ਰੱਜ ਕੇ ਚਾਪਲੂਸੀ ਕੀਤੀ ਸੋਨੀਆ ਗਾਂਧੀ ਦੇ ਰਾਹੁਲ ਦੀ, ਬਈ ਕਿਉਂਕਿ ਇਹਨਾਂ ਨੇ ਬਣਾਇਆ, ਉਹ ਵੀ ਅੰਦਰੋਂ ਵਧਦਾ ਭੁੱਖਾ ਬਣ ਗਿਆ। ਅਤੇ ਕਿੰਨੇ ਹੀ ਗਬਨ ਅਤੇ ਗਲਤ ਗੱਲਾਂ ਹੋਈਆਂ ਸੋਨੀਆ ਅਤੇ ਰਾਹੁਲ ਦੀ ਰਾਜ ਵਿੱਚ, ਅਤੇ ਮਨਮੋਹਨ ਸਿੰਘ ਤਮਾਸ਼ਬੀਨ ਬਣ ਗਏ ਦੇਖਦਾ ਰਿਹਾ। ਅਤੇ ਮੈਂ ਮਨਮੋਹਨ ਸਿੰਘ ਨੂੰ ਬੜੀ ਸਖ਼ਤ ਭਾਸ਼ਾ ਚਿੱਠੀ ਵੀ ਲਿਖੀ ਸੀ ਕਿ ਭਾਵੇਂ ਤੁਹਾਡੇ 'ਚ ਕਿੰਨੇ ਗੁਣ ਹੋਣ, ਪਰ ਤੁਹਾਡੇ ਜਿਹੜਾ ਇੱਕ ਗੁਣ ਹੈ ਨਾ, ਔਗਣ ਹੈ, ਉਹ ਤੁਹਾਡੇ ਸਾਰੇ ਗੁਣਾਂ 'ਤੇ ਪਾਣੀ ਛਿੜਦਾ, ਕਿ ਤੁਹਾਡੇ 'ਚ ਸੈਲਫ ਰਿਸਪੈਕਟ ਨਾਂ ਦੀ ਕੋਈ ਚੀਜ਼ ਨਹੀਂ। ਤੁਸੀਂ ਕਿਉਂ ਭੁੱਲ ਜਾਂਦੇ ਹੋ ਕਿ ਸੋਨੀਆ ਰਾਹੁਲ ਨੂੰ ਤੁਹਾਡੀ ਲੋੜ ਹੈ ਕਿ ਤੁਹਾਨੂੰ ਉਹਨਾਂ ਦੀ ਲੋੜ ਹੈ? ਉਹਨਾਂ ਆਪਣੀ ਲੋੜ ਨੂੰ ਤੁਹਾਨੂੰ ਬਣਾਇਆ ਪ੍ਰਧਾਨ ਮੰਤਰੀ, ਨਹੀਂ ਤਾਂ ਉਹ ਦੋਨੋਂ ਗੱਦੀ ਦੇ ਭੁੱਖੇ ਨੇ। ਉਹ ਜਿਹੜਾ ਗਾਂਧੀ ਖਾਨਦਾਨ ਹੈ ਗੱਦੀ ਦਾ ਭੁੱਖਾ, ਅਤੇ ਨਹੀਂ ਤਾਂ ਹੁਣ ਤੱਕ ਕਾਂਗਰਸ 'ਚ ਕਈ ਕਾਬਲ ਇਨਸਾਨ ਸਨ ਜਿਨ੍ਹਾਂ ਨੂੰ ਅੱਗੇ ਜਾਣ ਦਿੱਤਾ ਗਿਆ। ਜੇ ਕੋਈ ਕਾਬਲ ਅੱਗੇ ਆਏ ਤਾਂ ਇੰਦਰਾ ਗਾਂਧੀ ਨੇ ਵੱਖਰੀ ਕਾਂਗਰਸ ਬਣਾਈ, ਕਾਂਗਰਸ ਆਈ। ਅਤੇ ਇਹ ਇੰਦਰਾ ਗਾਂਧੀ ਆਪਣੇ ਮਾੜੇ ਕਰਮਾਂ ਕਰਕੇ ਜੇਲ੍ਹ ਵੀ ਗਈ ਅਤੇ ਬਦਨਾਮ ਵੀ ਹੋਈ, ਲੇਕਿਨ ਹੈ ਸੀ ਪੂਰੀ ਡਿਕਟੇਟਰ। ਐਮਰਜੈਂਸੀ ਲਾ ਕੇ
ਤੇ ਆਪਣਾ ਬਚਾਅ ਕਰਨ ਦੀ ਕੋਸ਼ਿਸ਼ ਕਰਦੀ ਸੀ। ਹੁਣ ਜਿਹੜੀ ਪ੍ਰਧਾਨ ਮੰਤਰੀ ਐਮਰਜੈਂਸੀ ਲਾ ਸਕਦੀ ਹੈ ਉਹ ਮੋਦੀ ਦੀ ਭੈਣ ਹੈ, ਮੋਦੀ ਮਾਰਸ਼ਲ ਲਾ ਲੈਂਦਾ, ਇੰਦਰਾ ਗਾਂਧੀ ਐਮਰਜੈਂਸੀ ਲਾ ਲੈਂਦੀ, ਐਨ ਦੋਨੋਂ ਹੀ ਗੋਡੀ ਦੇ ਨੇ, ਅਤੇ ਸੋਨੀਆ ਵੀ ਗੋਡੀ ਦੀ ਨਹੀਂ ਤਾਂ ਰਾਹੁਲ ਵੀ ਗੋਡੀ ਦੇ ਨੇ। ਆਹ ਜਿਹੜਾ ਰਾਹੁਲ ਲੱਗਾ ਅਗਵਾਈ ਕਰਨ, ਅਸਲ ਵਿੱਚ ਨਜ਼ਰ ਆ ਰਹੀ ਪ੍ਰਧਾਨ ਮੰਤਰੀ ਦੀ ਕੁਰਸੀ, ਇਹਨੇ ਕੋਈ ਸਮਾਜ ਸੇਵਾ ਨਹੀਂ ਕਰਨੀ, ਅਮੀਰਾਂ ਦੇ ਘਰ ਜੰਮਿਆ ਪਲਿਆ, ਇਹਨੂੰ ਕੀ ਪਤਾ ਗਰੀਬਾਂ ਦੀ ਕੀ ਹਾਲਤ ਹੈ। ਰੈਸ਼ਨ ਦਾ ਐਕਸਟੈਂਡ ਕਰਨ ਲਈ ਗਰੀਬ ਪਰਿਵਾਰਾਂ ਚਲੇ ਜਾਣਾ, ਉਹਨਾਂ ਬਹਿ ਕੇ ਰੋਟੀ ਖਾਣੀ, ਇਸ ਸਭ ਇੱਕ ਨੰਬਰ ਦਾ ਪਖਾਨਾ। ਅਤੇ ਵਿਰੋਧੀ ਪਾਰਟੀਆਂ ਜਿਹੜੀਆਂ ਨਾਲ ਰਲੀਆਂ ਪਈਆਂ ਨੇ, ਇਹ ਵੀ ਇੱਕ ਨੰਬਰ ਦੀਆਂ ਕਮਲੀਆਂ ਨੇ। ਰਾਹੁਲ ਗਾਂਧੀ ਅਕਲ ਨਹੀਂ, ਸ਼ਕਲ ਨਹੀਂ, ਕੋਈ ਤਜਰਬਾ ਨਹੀਂ, ਅਤੇ ਅੱਜ ਉਹ ਕਿੱਥੋਂ ਸਿਆਣਾ ਲੱਗ ਪਿਆ। ਅਤੇ ਸੋਨੀਆ ਗਾਂਧੀ ਤਾਂ ਸਟੇਜ ਤੋਂ ਬੋਲਣਾ ਵੀ ਨਹੀਂ ਆਉਂਦਾ, ਉਹ ਵਿਦੇਸ਼ੀ ਔਰਤ ਹੈ, ਉਹਨੂੰ ਇੰਡੀਅਨ ਕਲਚਰ ਬਾਰੇ ਕੁਛ ਪਤਾ ਵੀ ਹੈ ਨਹੀਂ। ਅਤੇ ਇਹ ਬੜੇ ਮੂਰਖ ਦਿਖਾਈ ਦਿੰਦੇ ਨੇ ਮਾਂ ਪੁੱਤਰ, ਜਦੋਂ ਇੱਧਰੋਂ ਤੁਹਾਡਾ ਪੰਜਾਬ ਦਾ ਅਮਰਿੰਦਰ ਅਤੇ ਸਿੱਧੂ ਵੀ, ਅਤੇ ਤੁਸੀਂ ਜੋ ਆਪਣਾ ਤੁਹਾਡਾ ਏਜੰਡਾ ਉਹ ਦੱਸੋ, ਅਤੇ ਕੇਜਰੀਵਾਲ ਨੇ ਤੁਹਾਡਾ ਕੀ ਵਿਗਾੜ ਹੈ। ਕੇਜਰੀਵਾਲ ਨੂੰ ਸਾਰੀ ਦੁਨੀਆਂ ਪੁੱਜਦੀ, ਸਾਰਾ ਇੰਡੀਆ ਪੁੱਜਦਾ, ਅਤੇ ਸਾਡੇ ਤੁਹਾਡੇ ਜੋ ਇੱਕ ਉਹਨੇ ਇਨਕਮ ਟੈਕਸ ਅਫਸਰ ਤੋਂ ਰਿਜ਼ਾਈਨ ਦੇ ਕੇ ਸਮਾਜ ਸੇਵਾ ਕੀਤੀ ਹੋਈ, ਉਹਦੇ ਕੋਲ ਲਿਆਕਤ ਹੈ, ਕਿੱਥੋਂ ਖਰਚਾ ਬਚਾਉਣਾ, ਕਿੱਥੇ ਟੈਕਸ ਲਾਉਣਾ ਅਤੇ ਕਿੱਥੇ ਨਹੀਂ ਲਾਉਣਾ, ਇਹਨਾਂ ਉਹਦੀ ਵਿਰੋਧ ਕਰਤੀ। ਹੁਣ ਜਿਹੜਾ ਬੰਦਾ ਕੇਜਰੀਵਾਲ ਦਾ ਵੀ ਵਿਰੋਧ ਕਰ ਸਕਦਾ, ਉਹ ਦੇਸ਼ ਦਾ ਇੱਕ ਨੰਬਰ ਦਾ ਦੁਸ਼ਮਣ ਹੈ, ਚਾਹੇ ਸੋਨੀਆ ਹੋਵੇ, ਚਾਹੇ ਰਾਹੁਲ ਹੋਵੇ, ਚਾਹੇ ਅਮਰਿੰਦਰ ਹੋਵੇ, ਚਾਹੇ ਸਿੱਧੂ ਹੋਵੇ। ਇਸ ਕਰਕੇ ਬਿਲਕੁਲ ਤਬਾਹ ਨਾ ਕਰੋ ਗੁਰੂ ਪਿਆਰਿਓ, ਮੇਰੇ ਦੇਸ਼ ਵਾਸੀਓ ਅਤੇ ਵਿਸ਼ਵ ਦੇ ਲੋਕੋ, ਇਹ ਪਾਰਟੀਆਂ ਸਿਰਫ ਗੱਦੀਆਂ ਭੁੱਖੀਆਂ, ਇਹਨਾਂ ਦੇ ਮਾਰਚਾਂ 'ਤੇ, ਇਹਨਾਂ ਦੇ ਬਿਆਨਾਂ 'ਤੇ ਕੋਈ ਯਕੀਨ ਨਾ ਕਰੋ ਅਤੇ ਕੇਜਰੀਵਾਲ ਜੀ ਨੂੰ ਜਿਤਾਓ। ਵਾਹਿਗੁਰੂ ਜੀ ਖਾਲਸਾ, ਵਾਹਿਗੁਰੂ ਜੀ ਕੀ ਫਤਿਹ।